ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਕੰਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਾਮ ਦੀ। ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀਰ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ ਯੂਟਿਊਬ ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਇਸ ਤੋਂ ਇਲਾਵਾ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਵਿਹਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ। ਪ੍ਰੋਗਰਾਮ ਦਾ ਆਗਾਜ਼ ਕਰਦੇ ਟਿਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਟਿਲੋ ਸਾਹਿਬ। ਅਗਲੀ ਖਬਰ ਦੇ ਉੱਤੇ ਫਿਰ ਆਪਾਂ ਚਰਚਾ ਕਰ ਲਈਏ। ਸ਼ਿਵਰਾਜ ਇੰਡੀਆ ਦੇ ਆਗੂ ਜੋਗਿੰਦਰ ਯਾਦਵ ਹੋਰਾਂ ਦੀ ਭੈਣ 'ਤੇ ਜੀ ਅੱਜ ਦੇ ਹਸਪਤਾਲ ਨੇ ਕਹਿੰਦੇ ਉਹਨਾਂ 'ਤੇ ਇਨਕਮ ਟੈਕਸ ਦੀ ਰੇਡ ਪਈ ਹੈ ਜੀ, ਅਤੇ ਨਾਲ ਦੀ ਨਾਲ ਉਹਨਾਂ ਦੇ ਬਚਾਓ ਵਿੱਚ ਵੀ ਬੀਬੀ ਵੈਸਟ ਬੰਗਾਲ ਵਾਲੀ ਆ ਗਏ ਨੇ। ਉਹ ਕਹਿੰਦੇ ਕਿ ਇਹ ਰਾਜਸੀ ਬਦਲਾਖੋਰੀ ਦੀ ਸ਼ਿਕਰ ਹੈ। ਖਬਰ ਇਹ ਵੈਸੇ ਦੋ ਕੁ ਦਿਨ ਪੁਰਾਣੀ ਹੈ, ਪਰਸੋਂ ਦੀ ਗੱਲ ਹੈ ਜੋ ਰੇਡਾਂ ਪਈਆਂ, ਪਰ ਕਿਉਂਕਿ ਮਮਤਾ ਬੈਨਰਜੀ ਦਾ ਅੱਜ ਪ੍ਰਤੀਕਰਮ ਆਇਆ ਇਸ ਕਰਕੇ ਅੱਜ ਆਪਾਂ ਦੋਨਾਂ ਦਿਨਾਂ ਦੀ ਇਕੱਠੀ ਕਰਕੇ ਲੈਣੀ ਹੈ। ਅਸਲ ਦੇ ਵਿੱਚ ਇਹ ਕਿ ਦੁਨੀਆ ਜਾਣਦੀ ਹੈ ਇਸ ਗੱਲ ਨੂੰ ਕਿ ਮਿਸਟਰ ਜੋਗਿੰਦਰ ਯਾਦਵ ਜਿਹੜੇ ਹੈ ਉਹ ਬੜੇ ਚੰਗੇ ਚਿੰਤਕ ਹੈ, ਐਨਾਲਿਸਟ ਬੜੇ ਤਕੜੇ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਹੋਰ ਪ੍ਰਾਈਵੇਟ ਚੈਨਲ ਨਹੀਂ ਸੀ ਹੁੰਦੇ ਜੀ, ਸਿਰਫ ਅਤੇ ਸਿਰਫ ਇਕੱਲਾ ਦੂਰਦਰਸ਼ਨ ਹੁੰਦਾ ਸੀ, ਉਦੋਂ ਵੀ ਜਿਹੜੇ ਵੱਖ ਵੱਖ ਸਟੇਟਾਂ ਦੇ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਸੀ ਉਹਨਾਂ ਇਲੈਕਸ਼ਨਾਂ ਦੇ ਉੱਤੇ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਜੀ। ਜੋਗਿੰਦਰ ਯਾਦਵ ਨੂੰ ਇੱਕ ਮੰਨਿਆ ਹੋਇਆ ਚੋਣਾਂ ਦਾ ਵਿਸ਼ਲੇਸ਼ਕ ਸਮਝਿਆ ਗਿਆ, ਔਰ ਜੋਗਿੰਦਰ ਯਾਦਵ ਹੋਰਾਂ ਦੀ ਜਿਹੜੀ ਆਪਾਂ ਕਾਰਜ ਸ਼ੈਲੀ ਹੈ ਉਹਨੂੰ ਸਾਰੇ ਜਾਣਦੇ ਹੈ, ਉਹ ਪ੍ਰੋ ਪੀਪਲ ਹੈ, ਉਹ ਪ੍ਰੋ ਪੀਪਲ ਹੈ, ਗਰੀਬਾਂ ਦੇ ਹਾਮੀ ਹੈ। ਜੇ ਆਪਾਂ ਗੱਲ ਦੇਖੀਏ ਤਾਂ ਸਾਡੇ ਸਮੇਂ ਦੇ ਵਿੱਚ ਬੜਾ ਚਰਚਿਤ ਕੇਸ ਹੋਇਆ ਸੀ ਸਰਸੇ ਜੀ, ਜਦੋਂ ਛਤਰਪਤੀ ਪੱਤਰਕਾਰ ਛਤਰਪਤੀ ਨੇ ਆਪਣੇ ਅਖਬਾਰ ਦੇ ਵਿੱਚ ਉਹ ਵਿਵਾਦਗ੍ਰਸਤ ਚਿੱਠੀ ਅੱਖਰ ਅੱਖਰ ਛਾਪਤੀ ਸੀ, ਜਿਹੜੀ ਚਿੱਠੀ ਦੇ ਜ਼ਰੀਏ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਕੈਦ ਹੋਈ ਹੈ ਅਤੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ ਜੀ। ਪਹਿਲੀ ਵਾਰੀ ਉਹ ਚਿੱਠੀ ਛਤਰਪਤੀ ਨੇ ਛਾਪੀ ਸੀ ਆਪਣੇ ਅਖਬਾਰ ਦੇ ਵਿੱਚ, ਅਤੇ ਫਿਰ ਛਤਰਪਤੀ ਦੇ ਉੱਤੇ ਜਿਸ ਤਰ੍ਹਾਂ ਭਿਆਨਕ ਅਟੈਕ ਹੋਇਆ ਸੀ, ਜਿਵੇਂ ਇੱਕ ਮਹੀਨੇ ਦੇ ਕਰੀਬ ਉਹ ਬੰਦਾ ਹਸਪਤਾਲ ਦੇ ਵਿੱਚ ਲਮਕਦਾ ਰਿਹਾ ਸੀ, ਇੱਕ ਮਹੀਨਾ ਹੋਸਪਿਟਲ ਦੇ ਵਿੱਚ ਪਿਆ ਰਿਹਾ, ਕਿਸੇ ਨੇ ਉਹਦੀ ਸਟੇਟਮੈਂਟ ਤੱਕ ਰਿਕਾਰਡ ਕਰਨੀ ਜ਼ਰੂਰੀ ਨਹੀਂ ਸਮਝੀ ਸੀ ਉਸ ਵੇਲੇ ਆ ਕੇ, ਜੇ ਉਸ ਪੀੜਤ ਪਰਿਵਾਰ ਦੀ ਅਤੇ ਪੱਤਰਕਾਰ ਭਾਈਚਾਰੇ ਦੀ ਕਿਸੇ ਨੇ ਬਾਂਹ ਫੜੀ ਤਾਂ ਉਹ ਜੋਗਿੰਦਰ ਯਾਦਵ ਸੀ। ਫਿਰ ਜੋਗਿੰਦਰ ਯਾਦਵ ਨੇ ਆਮ ਆਦਮੀ ਪਾਰਟੀ ਬਣਾਈ, ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਕੇਜਰੀਵਾਲ ਇਹਨਾਂ ਸਾਰਿਆਂ ਨਾਲ ਮਿਲ ਕੇ, ਲੇਕਿਨ ਆਮ ਆਦਮੀ ਪਾਰਟੀ ਦੀ ਵਰਕਿੰਗ ਨੂੰ ਲੈ ਕੇ, ਉਹਦੇ ਸਿਸਟਮ ਨੂੰ ਲੈ ਕੇ, ਲੀਡਰਸ਼ਿਪ ਦੀ ਵਰਕਿੰਗ ਨੂੰ ਲੈ ਕੇ ਉਹਨਾਂ ਦੇ ਮਤਭੇਦ ਹੋ ਗਏ, ਉਹ ਬਾਹਰ ਆ ਗਏ। ਉਹਨਾਂ ਦੇ ਨਾਲ ਪੰਜਾਬ 'ਚੋਂ ਟੋਟਲ 4 MP ਹੈ, ਪੰਜਾਬ ਦੇ 2 MP ਵੀ ਉਹਨਾਂ ਦੇ ਨਾਲ ਸਹਿਮਤ ਹੋ ਗਏ, ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਜੀ। ਚਲੋ ਅੱਜ ਵੀ ਉਹ ਰੁਕੇ ਨਹੀਂ, ਜੇ ਕਿਤੇ ਕਿਸਾਨਾਂ ਦੀ ਐਜੀਟੇਸ਼ਨ ਹੁੰਦੀ ਹੈ, ਕਿਸਾਨਾਂ ਦੇ ਸੰਘਰਸ਼ ਹੁੰਦੇ ਆ, ਉਹਦੇ ਵਿੱਚ ਵੀ ਉਹ ਐਕਟਿਵ ਹੈ, ਨੌਜਵਾਨਾਂ ਵਾਸਤੇ ਵੀ ਉਹ ਲੜਦੇ ਹੈ, ਉਹ ਟਿੱਕ ਕੇ ਬਹਿੰਦੇ ਨਹੀਂ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਦਿੱਲੀ ਦੇ ਸੰਬੰਧ ਵਿੱਚ ਇੱਕ ਫੈਸਲਾ ਆਇਆ ਸੀ ਜੀ, ਜਿੱਥੇ ਦੇਸ਼ ਦੀ ਸੁਪਰੀਮ ਕੋਰਟ ਨੇ ਬੜਾ ਤਕੜਾ ਝਟਕਾ ਦਿੱਤਾ ਸੀਗਾ ਕੇਂਦਰ ਸਰਕਾਰ ਨੂੰ ਅਤੇ ਲੈਫਟੀਨੈਂਟ ਗਵਰਨਰ ਨੂੰ ਜੀ, ਡਿਵੀਜ਼ਨ ਦੀ ਉਹਨਾਂ ਨੇ ਵਿਆਖਿਆ ਕੀਤੀ ਸੀ ਕਿ ਬਾਕੀ ਸਾਰਾ ਕੁਝ ਦਿੱਲੀ ਦੀ ਸਰਕਾਰ ਦੇ ਹੱਥ ਵਿੱਚ ਹੈ, ਸਿਰਫ 3 ਭਾਗ ਤੁਹਾਡੇ ਕੋਲ ਹੈ, ਲਾਂਡ ਆਰਡਰ, ਪੁਲਿਸ ਅਤੇ ਜ਼ਮੀਨ। ਉਦੋਂ ਵੀ ਜਦੋਂ ਦਿੱਲੀ ਦੀ ਕੇਂਦਰ ਸਰਕਾਰ ਨੇ ਹਿਚਕਚਾਹਟ ਕੀਤੀ ਹੈ,
ਮਤ ਭੇਦਾਂ ਦੇ ਬਾਵਜੂਦ ਜੋਗਿੰਦਰ ਯਾਦਵ ਦਾ ਇਹ ਬਿਆਨ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ, ਤੁਸੀਂ ਵੀ ਦੇਖਣਾ, ਮੈਂ ਵੀ ਪੜ੍ਹਿਆ ਸੀ ਜੀ, ਜਿੱਥੇ ਉਹਨੇ ਕਿਹਾ ਸੀ ਕਿ ਅਦਾਲਤੀ ਹੁਕਮਾਂ ਨੂੰ ਵੀ ਕੇਂਦਰ ਸਰਕਾਰ ਲੈਫਟੀਨੈਂਟ ਗਵਰਨਰ ਦੇ ਜ਼ਰੀਏ ਜਿਹੜਾ ਹੈਗਾ ਟਿੱਚ ਜਾਣਦੀ ਹੈ ਜੀ। ਮੇਰੇ ਖਿਆਲ ਇਹਨਾਂ ਸਟੇਟਮੈਂਟਾਂ ਤੋਂ ਕੇਂਦਰ ਸਰਕਾਰ ਥੋੜ੍ਹੀ ਜਿਹੀ ਦੁਖੀ ਹੋਈ ਹੋਣੀ ਹੈ। ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਜੋਗਿੰਦਰ ਯਾਦਵ ਹੋਰਾਂ ਦੀ ਭੈਣ ਜਾਂ ਉਹਨਾਂ ਦੇ ਬਾਕੀ ਪਰਿਵਾਰ ਨੇ ਕਿਸੇ ਕਿਸਮ ਦੀ ਕੋਈ ਬੇਨਿਜ਼ਮੀ ਕੀਤੀ ਹੈ ਜਾਂ ਨਹੀਂ ਕੀਤੀ। ਇੱਕ ਪੜਤਾਲ ਦਾ ਮਾਮਲਾ ਹੈ ਕਿ ਉਹਨਾਂ ਨੇ ਕੋਈ ਇਨਕਮ ਟੈਕਸ ਚੋਰੀ ਕੀਤਾ ਜਾਂ ਨਹੀਂ ਕੀਤਾ, ਇਹ ਵੀ ਗੱਲ ਆਈ ਜਾਂਦੀ ਹੈ ਜੀ। ਕਹਿੰਦੇ ਨੀਰਵ ਮੋਦੀ ਤੋਂ ਹੀਰੇ ਖਰੀਦੇ ਸੀ ਤਾਂ ਉਹਨਾਂ ਦੇ ਘਰੇ ਰੇਡ ਹੋਈ, ਨੀਰਵ ਮੋਦੀ ਕਿਤੇ ਦਾ ਭਾਰਤ ਛੱਡ ਕੇ ਚਲਾ ਗਿਆ ਜੀ, ਲੇਕਿਨ ਉਹਨਾਂ ਦੇ ਹਸਪਤਾਲਾਂ ਦੇ ਉੱਤੇ ਰੇਡ ਹੋਈ ਅਤੇ ਜਿਸ ਢੰਗ ਨਾਲ ਰੇਡ ਹੋਈ ਹੈ, ਰੇਡ ਦੀਆਂ ਖਬਰਾਂ ਹੀ ਹੈ ਕਿ 100-150 ਪਹਿਲਾਂ ਦੋ ਤਿੰਨ ਬੰਦੇ ਆਏ ਜੀ, ਉਹਨਾਂ ਨੇ ਆ ਕੇ ਅਸੀਂ ਟਰੀਟਮੈਂਟ ਕਰਾਉਣਾ, ਟਰੀਟਮੈਂਟ ਦੀ ਗੱਲ ਕਰਨ ਲੱਗ ਗਏ ਜੀ। ਉਹ ਗੱਲਬਾਤ ਕਰਦਿਆਂ ਕਰਦਿਆਂ ਆਪਣੇ ਤੁਹਾਡੇ ਉਹਨਾਂ ਹਸਪਤਾਲਾਂ ਨੂੰ ਘੇਰਾ ਪੈ ਜਾਂਦਾ, ਪੁਲਿਸ ਵੀ ਆ ਜਾਂਦੀ ਹੈ, ਬੜਾ ਕੁਛ ਉੱਤੇ ਮਤਲਬ ਜਲੂਸ ਨਿਕਲਦਾ। ਉਸ ਵੇਲੇ ਵੀ ਜੋਗਿੰਦਰ ਯਾਦਵ ਦਾ ਬਿਆਨ ਇਹ ਆ ਗਿਆ ਸੀ ਕਿ ਜੋ ਕੁਛ ਕਰਨਾ ਮੇਰੇ ਨਾਲ ਕਰ ਲਓ, ਮੇਰੇ ਮਾਰੋ ਛਾਪੇ, ਜੋ ਮਰਜ਼ੀ ਹੈ ਕੱਢਣਾ ਮੇਰੇ ਤੋਂ ਕੱਢੋ, ਮੇਰੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਤੰਗ ਕਿਉਂ ਕਰਦੇ ਹੋ। ਇਹਦੇ 'ਤੇ ਹੁਣ ਮਮਤਾ ਬੈਨਰਜੀ ਇਸ ਵੇਲੇ ਸਾਡੇ ਦੇਸ਼ ਦੀ ਇੱਕ ਅਹਿਮ ਸ਼ਖਸੀਅਤ ਹੈ, ਇਸ ਕਰਕੇ ਨਹੀਂ ਕਿਉਂਕਿ ਬੰਗਾਲ ਦੀ ਮੁੱਖ ਮੰਤਰੀ ਹੈ, ਦੋ ਗੱਲਾਂ ਹੋਰ ਕਰਕੇ ਵੀ ਹੈ। ਇੱਕ ਤਾਂ ਉਹ ਅਜਿਹੀ ਮੁੱਖ ਮੰਤਰੀ ਹੈ ਜਿਹੜੀ ਹਾਲਾਤਾਂ ਨਾਲ ਸਮਝੌਤਾ ਨਹੀਂ ਕਰਦੀ, ਉਹ ਜ਼ਮੀਨ ਨਾਲ ਜੁੜੀ ਹੋਈ ਮੁੱਖ ਮੰਤਰੀ ਹੈ, ਅਤੇ ਹੁਣ ਅਸੀਂ ਕਹਿ ਸਕਦੇ ਗਤੀਸ਼ੀਲ ਮੁੱਖ ਮੰਤਰੀ ਹੈ, ਡਾਇਨਾਮਿਕ ਮੁੱਖ ਮੰਤਰੀ। ਦੂਜੀ ਗੱਲ ਹੈ ਵੀ ਇਸ ਵੇਲੇ ਆਪੋਜੀਸ਼ਨ ਦੀ ਯੂਨਿਟੀ ਦੀ ਧੁਰੀ, ਜੇ ਆਪਾਂ ਉਹਨੂੰ ਨਾ ਵੀ ਕਹੀਏ ਤਾਂ ਉਹਨੂੰ ਕਹਾਂਗੇ ਇੱਕ ਧਿਰ ਹੈ ਆਪੋਜੀਸ਼ਨ ਨੂੰ ਇਕੱਤਰ ਕਰਨ ਵਾਸਤੇ। ਉਹ ਉਹਨਾਂ ਪੋਲੀਟੀਕਲ ਪਾਰਟੀਆਂ ਨਾਲ, ਰੀਜਨਲ ਪਾਰਟੀਆਂ ਨਾਲ ਤਾਲਮੇਲ ਬਣਾਈ ਜਾਂਦੀ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਜੇ ਭਾਰਤੀ ਜਨਤਾ ਪਾਰਟੀ ਤੋਂ ਦੁਖੀ ਹੈ ਅਤੇ ਸਹਿਮਤ ਹੋ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਵੀ ਨਹੀਂ ਜੀ। ਸੋ ਉਹਨਾਂ ਦਾ ਆਪਣੇ ਆਪ ਵਿੱਚ ਬੋਲਣਾ ਬੜਾ ਅਹਿਮ ਹੈ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਜਦੋਂ ਦਿੱਲੀ ਨੀਤੀ ਆਯੋਗ ਦੀ ਬੈਠਕ ਹੋਈ ਹੈ, ਉਸ ਮੀਟਿੰਗ ਦੇ ਵਿੱਚ ਭਾਗ ਲੈਣ ਵਾਸਤੇ ਮਮਤਾ ਬੈਨਰਜੀ, ਕੇਰਲਾ ਦੇ ਮੁੱਖ ਮੰਤਰੀ ਵੀ ਆਏ ਸੀ, ਔਰ ਕਰਨਾਟਕਾ ਦੇ ਮੁੱਖ ਮੰਤਰੀ ਵੀ ਆਏ ਸੀ, ਤੁਹਾਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਆਏ ਸੀ। ਇਹਨਾਂ ਸਾਰੇ ਮੁੱਖ ਮੰਤਰੀਆਂ ਨੂੰ ਲੈ ਕੇ ਬੀਬੀ ਮਮਤਾ ਬੈਨਰਜੀ ਮਿਲ ਗਈ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ, ਗਵਰਨਰ ਹਾਊਸ ਦੇ ਵਿੱਚ ਜਿੱਥੇ ਉਹ ਧਰਨੇ 'ਤੇ ਬੈਠੇ ਸੀ, ਲੇਕਿਨ ਇਜਾਜ਼ਤ ਨਹੀਂ ਮਿਲੀ। ਤਾਂ ਬਾਅਦ ਵਿੱਚ ਪਰਿਵਾਰ ਦੇ ਨਾਲ ਵੀ ਆ ਕੇ ਉਹਨਾਂ ਨੇ ਇੱਕ ਮੁੱਠਤਾ ਜ਼ਾਹਰ ਕੀਤੀ ਸੀ। ਸੋ ਹੁਣ ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਬਿਆਨ ਕਾਫੀ ਅਹਿਮੀਅਤ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਅਤੇ ਸਿਰਫ ਰਾਜਨੀਤਿਕ ਬਦਲਾਖੋਰੀ ਹੈ, ਔਰ ਮੋਦੀ ਸਰਕਾਰ ਆਪਣੇ ਰਾਜਸੀ ਮਨੋਰਥਾਂ ਲਈ ਸਰਕਾਰੀ ਮਸ਼ੀਨਰੀ ਦੀ ਬੜੀ ਬੇਸ਼ਰਮੀ ਦੇ ਨਾਲ ਦੁਰਵਰਤੋਂ ਕਰ ਰਹੀ ਹੈ ਜੀ।